ਦੀ ਵਿਕਰੀ ਨੂੰ ਲੈ ਕੇ ਪੰਜਾਬ ਦੀਆਂ ਜਥੇਬੰਦੀਆਂ ਨੇ ਅੱਜ 3-4 ਘੰਟੇ ਦਾ ਚੱਕਾ ਜਾਮ ਦਾ ਸੱਦਾ ਦਿੱਤਾ ਹੋਇਆ ਉਹਨਾਂ ਦੇ ਨਾਲ ਜੁੜਨਾ ਇਹ ਤਾਲਮੇਲ ਇੱਛਤ ਕੀਤਾ ਹੈ ਕਿਉਂਕਿ ਅਸੀਂ ਪਹਿਲਾਂ 51 ਥਾਵਾਂ ਤੇ ਮੋਰਚੇ ਲਈ ਬੈਠੇ ਹਾਂ ਤੁਹਾਨੂੰ ਇਸ ਗੱਲ ਦਾ ਪਤਾ ਹੈ ਤੇ ਇਹ ਜਿਹੜੇ ਅਸੀਂ ਅੱਜ ਐਕਸ਼ਨ ਕੀਤੇ ਨੇ ਅਸੀਂ ਪੰਜਾਬ ਵਾਲੀਆਂ ਜਥੇਬੰਦੀਆਂ ਦੇ ਐਕਸ਼ਨ ਦੇ ਨਾਲ ਤਾਲਮੇਲ ਮੈਂ ਐਕਸ਼ਨ ਕੀਤਾ ਹੈ ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਝੋਨੇ ਦੀ ਵਿਕਰੀ ਨਾਲ ਨੂੰ ਅਲਝਾ ਹੈ ਇਹ ਬੀਜੇਪੀ ਤੇ ਆਪ ਸਰਕਾਰ ਨੇ ਜਾਣਬੁੱਝ ਕੇ ਅਲਝਾ ਹੈ ਇਹ 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 ਉਹੀ ਪਾਲਿਸੀ ਹੈ ਜਿਹੜੇ ਕਾਨੂੰਨ ਨੇ ਕਾਲੇ ਕਾਨੂੰਨ ਚੋਰ ਮੋਰੇ ਰਾਹੀਂ ਲਾਗੂ ਕਰਨਾ ਚਾਹੁੰਦੇ ਨੇ ਮੁੜ ਕੇ ਤੇ ਸਾਡੇ ਕੋਲੋਂ ਇਹ ਜ਼ਮੀਨਾਂ ਖੋਣ ਦੀ ਤੇ ਸਰਕਾਰੀ ਮੰਡੀ ਖਤਮ ਕਰਨ ਦੀ ਜਿਹੜੀ ਪਾਲਿਸੀ ਹੈ ਉਹ ਮੁੜ ਕੇ ਲਾਗੂ ਕਰਨਾ ਚਾਹੁੰਦੇ ਨੇ ਕਾਰਪੋਰੇਟ ਦੇ ਪੱਖ ਪੂਰਨ ਦੀ ਖਾਤਰ ਇਹ ਇਹ ਸਾਰਾ ਕੁਝ ਹੋ ਰਿਹਾ ਅਸੀਂ ਇਸ ਕਰਕੇ ਕਾਰਪੋਰੇਟ ਦਾ ਅੱਡਾ ਸ਼ਾਪਿੰਗ ਮਾਲ ਜਿਹਨੇ ਪਰਚੂਨ ਖੇਤਰ ਨੂੰ ਖਾ ਜਾਣਾ ਸ਼ਹਿਰੀ ਖੇਤਰ ਨੂੰ ਖਾਣਾ ਇਸ ਕਰਕੇ ਅਸੀਂ ਸ਼ਹਿਰੀ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਲੜਾਈ ਹੈ ਜਿਹੜੀ ਇਹ ਵੱਡੀ ਲੜਾਈ ਹੈ ਇਕੱਲੀ ਝੋਨੇ ਦੀ ਲੜਾਈ ਨਹੀਂ ਇਹ ਵੱਡਾ ਹਮਲਾ ਹੈ ਛੋਟੀ ਸਨਅਤ ਨੂੰ ਖਤਰਾ ਹੈ ਛੋਟੇ ਪ੍ਰਚੂਨ ਖੇਤਰ ਨੂੰ ਖਤਰਾ ਹੈ ਛੋਟੇ ਕਾਰੋਬਾਰੀਆਂ ਨੂੰ ਸਾਰਿਆਂ ਨੂੰ ਖਤਰਾ ਹੈ ਇਸ ਕਰਕੇ ਇਹ 80% ਲੋਕਾਂ ਦੀ ਲੜਾਈ ਹੈ ਇਕੱਲੀ ਝੋਨੇ ਦੀ ਲੜਾਈ ਨਹੀਂ ਸੰਘ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਸਾਡੇ ਵੱਲੋਂ ਜਿਹੜੀ ਖਰੀਦ ਉਹ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ ਕੋਈ ਕਿਸਾਨਾਂ ਨੂੰ ਦੇਰੀ ਨਹੀਂ ਹੋ ਰਹੀ ਪੇਮੈਂਟ ਵੀ ਨਾਲੋਂ ਨਾਲ ਕੀਤੀ ਜਾ ਰਹੀ ਹੈ ਦੇਖੋ ਜੇ ਇਹ ਗੱਲ ਹੁੰਦੀ ਭਲਾ ਫਿਰ ਸਾਨੂੰ ਸੜਕਾਂ ਦੇ ਆਉਣ ਦੀ ਕਿਹੜੀ ਲੋੜ ਹੈ ਹੁਣ ਦੇਖੋ 5 ਸਾਲ ਪਹਿਲਾਂ ਜਦੋਂ ਝੋਨੇ ਦੀ ਖਰੀਦ ਸ਼ੁਰੂ ਹੋਈ ਸੀ ਉਦੋਂ ਖਰੀਦ ਹੁੰਦੀ ਸੀ ਲੋਕ ਵੇਚਦੇ ਸੀ ਅਸੀਂ ਆਪਣੇ ਹੋਰ ਕੰਮਾਂ 'ਚ ਲੱਗੇ ਸਾਨੂੰ ਸੜਕਾਂ 'ਤੇ ਬੈਠਣ ਦੀ ਪੰਜਾਬ ਚਲੋ ਅਸੀਂ ਹਾਂ ਚਲੋ ਨਾ ਵਿਕਦਾ ਵੀ ਸੜਕਾਂ 'ਤੇ ਕਿਸੇ ਨੂੰ ਕੋਈ ਲੋੜ ਨਹੀਂ ਅੱਜ ਤੱਕ ਕਿਸਾਨ ਆ ਜਿਹੜਾ ਝੋਨੇ 'ਚੋਂ ਇਹ ਬਾਹਰ ਨਿਕਲਿਆ ਕਣਕ ਲਾਉਣ ਦਾ ਟਾਈਮ ਆ ਰਿਹਾ ਡੀਏਪੀ ਹੈ ਨਹੀਂ ਮੰਡੀਆਂ ਦੇ ਸੁਸਾਇਟੀਆਂ ਦੇ ਵਿੱਚ ਕਿਸਾਨ ਨਾਲ ਉਹ ਚਿੰਤਾ ਕਿ ਡੀਏਪੀ ਕਿਹਾ ਦੇਖੋ ਉਹ ਤੁਹਾਡੀ ਗੱਲ ਦਾ ਜਵਾਬ ਆਪ ਹੀ ਵਿੱਚ ਆ ਗਿਆ ਕਿਉਂਕਿ ਉਹਨਾਂ ਨੇ ਇਹ ਵੀ ਸ਼ਾਰਟ ਜਾਣਬੁੱਝ ਕੇ ਕੀਤੀ ਹੈ ਕਿਉਂਕਿ ਪਿਛਲੇ ਸਾਲ ਦਾ ਤੁਸੀਂ ਕੋਟਾ ਦੇਖ ਲਓ ਡੀਏਪੀ ਦਾ ਇਹਨਾਂ ਨੇ 63 ਲੱਖ ਟਨ ਝੋਨਾ ਡੀਏਪੀ ਮੰਗਾਇਆ ਸੀ ਪਿਛਲੇ ਸਾਲ ਹੁਣ 63 ਲੱਖ ਉਤਪਾਦਨ ਦੀ ਜਿਹੜੀ ਜ਼ਮੀਨ ਹੈ ਬਿਜਾਈ ਦੇ ਹਿਸਾਬ ਨਾਲ ਹੀ ਮੰਗਾਉਂਦੇ ਨੇ ਐਤਕੀ ਮੰਗਾਇਆ ਇਹਨਾਂ ਨੇ 45 ਲੱਖ ਟਨ 45 ਲੱਖ ਟਨ ਦੇ ਵਿੱਚੋਂ ਵੀ ਪੂਰੀ ਸਪਲਾਈ ਇੱਧਰ ਨਹੀਂ ਹੋ ਰਹੀ ਉਹ ਜਾਣਬੁੱਝ ਕੇ ਜਿੰਨੀ ਜੇ ਕੋਟਾ ਘਟਾਇਆ ਇਹਦਾ ਮਤਲਬ ਇਹ ਟੈਂਪਰੇਰੀ ਸ਼ਾਰਟ ਹੈ ਜਿਹੜੀ ਡੀਏਪੀ ਦੀ ਵੀ ਉਹਨਾਂ ਨੇ ਨਾਲ ਕੀਤੀ ਹੈ ਉਹਦੇ 'ਚ ਝੋਨੇ ਦਾ ਚੌਲ ਨਹੀਂ ਚੱਕਿਆ ਕੇਂਦਰ ਮਾਲਕਾਂ ਦਾ ਯਾਨੀ ਇਹਨਾਂ ਗੱਲਾਂ 'ਚ ਇਹ ਸ਼ੱਕ ਪਾਉਂਦੀਆਂ ਨੇ ਵੀ ਇਹਨਾਂ ਦੀ ਜਿਹੜੀ ਨੀਅਤ ਹੈ ਇਹ ਬਹੁਤ ਖਰਾਬ ਹੈ ਇਹ ਜਾਣਬੁੱਝ ਕੇ ਇਹਨਾਂ ਨੇ ਇਹ ਮਸਲਾ ਦਿੱਤਾ ਕੇਐਸਬੀ ਵਿੱਚ ਜਿਹੜੇ ਖਾਣ ਆਏ ਸੀਗੇ 12 ਵਜੇ ਤੋਂ ਸਾਡੇ ਗੇਟ ਬੰਦ ਸੀਗੇ ਅਸੀਂ ਬਾਹਰੋਂ ਕੋਈ ਬੰਦਾ ਆਉਣ ਨਹੀਂ ਦੇਣਾ ਸੀ ਉਹ ਜਵਾਨਾਂ ਨੂੰ ਸਾਡੀ ਬੇਨਤੀ ਹੈ ਸੰਯੋਗ ਕਰਨਾ ਚਾਹੀਦਾ ਸੀ ਉਹਨਾਂ ਦੀ ਇਹ ਲੜਾਈ ਲੜਦੇ ਹਾਂ ਇੱਥੇ ਆਪਾਂ ਖਾਣ ਜੋਗਰੇ ਨਹੀਂ ਰਹਿਣੇ ਆਪਣੇ ਕੋਲ ਜ਼ਮੀਨਾਂ ਨਹੀਂ ਰਹਿਣੀਆਂ ਕਾਰੋਬਾਰ ਨਹੀਂ ਰਹਿਣੇ ਤੁਹਾਡੀ ਇਹ ਲੜਾਈ ਲੜ ਰਹੇ ਹਾਂ ਅਸੀਂ ਤੁਹਾਨੂੰ ਐਂ ਲੱਗਦਾ ਵੀ ਅਸੀਂ ਇੱਕ ਟਾਈਮ ਬਣਾ ਕੇ ਇੱਕ ਸਮਾਂ ਬਣਾ ਕੇ ਤੀ ਸਮਾਂ ਸਾਡੇ ਕੋਲ ਨਹੀਂ ਰਹਿਣਾ ਸਾਡੇ ਕੋਲ ਕਾਰੋਬਾਰ ਨਹੀਂ ਰਹੇ ਸਾਡੀਆਂ ਜ਼ਮੀਨਾਂ ਖੋਣ ਵਾਸਤੇ ਪੂਰੀ ਇਹ ਸਹਿਯੋਗ ਅਦਾਰਿਆਂ ਦੀ ਤਿਆਰੀ ਹੈ ਇੱਥੇ ਅਸੀਂ ਨਹੀਂ ਖਾ ਸਕਾਂਗੇ ਤੁਸੀਂ ਸਬਰ ਕਰੋ ਅਸੀਂ ਤਾਂ ਰੋਟੀ ਬਚਾਉਂਦੇ ਹਾਂ ਤੁਸੀਂ ਇੱਥੇ ਜਾਣੀ ਕਿ ਬਰਗਰ ਖਾਣ ਪਿੱਛੇ ਸਾਡੇ ਨਾਲ ਮਤਲਬ ਕਰ ਕਹਿੰਦੇ ਹੋ ਵੀ ਅਸੀਂ ਪੂਰਾ ਗੁੱਸਾ ਕਰਦੇ ਹਾਂ ਗੁੱਸਾ ਨਹੀਂ ਕਰਨਾ ਚਾਹੀਦਾ ਸੰਯੋਗ ਕਰਨਾ ਚਾਹੀਦਾ ਵੱਡੇ ਪੱਧਰ ਤੇ ਇਹ ਸਹਿਯੋਗ ਅਦਾਰਿਆਂ ਨੇ ਸਾਡਾ ਸਾਰਾ ਕੁਝ ਨਿਕਲ ਜਾਣਾ ਛੋਟੀਆਂ ਦੁਕਾਨਦਾਰੀਆਂ ਬਚਣਗੇ ਵੱਡੇ ਮਨਾਵਾਂਗੇ ਕਹਦੇ ਅਸੀਂ ਜੋ ਸਾਡੇ ਕੋਲੇ ਕੱਖ ਨਾ ਰਿਹਾ ਸਾਡੇ ਕੋਲੇ ਕੁਛ ਨਹੀਂ ਰਹਿਣਾ ਹਜੇ ਤਾਂ ਤਾਜ਼ੀਆਂ ਜ਼ਮੀਨਾਂ ਜਮੂਨਾਂ ਫਸਲਾਂ ਫੁਸਲਾਂ ਵਿਕਦੀਆਂ ਨੇ ਤਾਂ ਕਰਕੇ ਬਚਿਆ ਹੈ ਸਾਰਾ ਕੁਛ ਇਹ ਸਾਰਾ ਕੁਛ ਤਬਾਹ ਹੋਊਗਾ ਇਸ ਕਰਕੇ ਬਹੁਤ ਗੰਭੀਰਤਾ ਨਾਲ ਨੌਜਵਾਨਾਂ ਨੂੰ ਬੇਨਤੀ ਹੈ ਪੜ੍ਹੋ ਤੇ ਸੋਚੋ ਗੰਭੀਰਤਾ ਨਾਲ ਇਹ ਮਸਲੇ ਨੂੰ ਲਓ ਇੱਥੇ ਐਕਚੁਅਲੀ ਵੀਰੇ ਬੰਦ ਹੀ ਪਿਆ ਗਿਆ ਧਰਨਾ ਲੱਗਿਆ ਹੋਇਆ ਅੱਜ ਪੂਰੀ ਮਾਰਕੀਟ ਬੰਦ ਕਰਤੀ ਹੈ ਇਹਨਾਂ ਨੇ ਬਾਕੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਨਹੀਂ ਪੂਰੀਆਂ ਹੋ ਰਹੀਆਂ ਉਹਦੇ ਕਰਕੇ ਇਹਨਾਂ ਨੇ ਉਰੇ ਧਰਨਾ ਲਾਇਆ ਹੋਇਆ ਤਾਂ 3 ਵਜੇ ਤੱਕ ਬੋਰ ਇਹਨੇ ਬੰਦ ਆਗਾ ਤੁਸੀਂ ਇੱਥੇ ਖਾਣ ਆਏ ਸੀ ਕੇਐਫਸੀ ਬੜੇ ਆਸਾਂ ਨਾਲ ਆਏ ਸੀ ਕੁਝ ਮਿਲਿਆ ਨਹੀਂ ਹੋਰ ਵੀ ਨੌਜਵਾਨ ਇੱਥੇ ਆ ਕੇ ਮੁੜ ਕੇ ਬਹੁਤ ਬਈ ਬਾਹਰੋਂ ਕਸਟਮਰ ਮੁੜ ਰਿਹਾ ਹੈਗਾ ਪੂਰੇ ਦਾ ਪੂਰਾ ਅੱਛਾ ਸਾਰੀ ਮਾਰਕੀਟ ਦੇ ਵਿੱਚ ਹੀ ਕਸਟਮਰ ਆ ਕੇ ਮੁੜ ਰਿਹਾ ਅੰਦਰ ਆਇਆ ਨਹੀਂ ਜਾ ਰਿਹਾ ਹੁਣ ਠੀਕ कस्टमर का भी लॉस आगा मार्केट वाले का भी लॉस है सारे दी है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर